ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਜੀ ਅੱਜ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕੈਨੇਡਾ ਤੋਂ ਪੰਜਾਬ ਲਈ ਆਈ ਅੱਤ ਦੀ ਮਾੜੀ ਖਬਰ ਪੰਜ ਵਿਦਿਆਰਥੀਆਂ ਨੂੰ ਇੰਜ ਮਿਲੀ ਦਰਦਨਾਕ ਮੌਤ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਕੈਨੇਡਾ ਦੇ ਮੌਨਟਰੀਅਲ ਸ਼ਹਿਰ ਦੇ ਨੇੜੇ ਬਟਾਲਾ ਦੇ ਨੇੜਲੇ ਪਿੰਡ ਅਮੋ ਨੰਗਲ ਦੇ 22 ਸਾਲਾ ਪੰਜਾਬੀ ਨੌਜਵਾਨ ਦੇ ਸਮੇਤ ਪੰਜ ਵਿਦਿਆਰਥੀਆਂ ਦੀ ਭਿਆਨਕ ਸੜਕ ਹਾਦਸੇ 'ਚ ਮੌਤ ਲੜਕੀ ਸਮੇਤ ਦੋ ਜਣਿਆਂ ਦੇ ਜ਼ਖਮੀ ਹੋਣ ਦੀ ਦੁਖਦਾਈ ਖਬਰ ਮਿਲੀ ਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਕੈਨੇਡਾ ਤੋਂ ਫੋਨ ਆਇਆ ਕਿ ਕਰਨਪਾਲ ਸਿੰਘ ਪੁੱਤਰ ਨਵਾਸੀ ਪਿੰਡ ਅਮੋ ਨੰਗਲ ਆਪਣੇ ਸਾਥੀ 6 ਲੜਕਿਆਂ ਤੇ ਲੜਕੀ ਦੇ ਸਮੇਤ ਕੈਨੇਡਾ ਦੇ ਸ਼ਹਿਰ ਮੰਟਰੀਅਲ ਤੋਂ ਪੇਪਰ ਦੇ ਕੇ ਗੱਡੀ ਤੇ ਵਾਪਸ ਬਰੇਪੰਡਨ ਜਾ ਰਹੇ ਸਨ ਇਹਨਾਂ ਦੀ ਗੱਡੀ ਟਰਾਲੇ ਦੇ ਨਾਲ ਟਕਰਾਉਣ ਨਾਲ ਹਾਦਸਾ ਗ੍ਰਸਤ ਹੋਊਗੀ ਹਾਦਸਾ ਇਹਨਾਂ ਦਰਦਨਾਕ ਸੀ ਇਹਨਾਂ ਭਿਆਨਕ ਸੀ ਦੋਸਤੋ ਜਿਸ ਦੇ ਵਿੱਚ ਗੱਡੀ ਚੋਂ ਸਵਾਰ 6 ਜਣਿਆਂ ਦੀ ਮੌਕੇ ਤੇ ਮੌਤ ਹੋ ਗਈ ਇੱਕ ਡਰਾਈਵਰ ਤੇ 5 ਵਿਦਿਆਰਥੀ ਜਦਕੀ ਲੜਕਾ ਤੇ ਇੱਕ ਲੜਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਹਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਅਮੋਨੰਗਲ ਬੀਤੀ 25 ਜਨਵਰੀ 2021 ਨੂੰ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨ ਗਿਆ ਸੀ ਤੇ ਅੱਜ ਮੌਤ ਦੇ ਮੂਹਰੇ